ska ohankar sat gur prasad ath mool mantra guru khalsa singh ji ka likhte dohara vasi sab sri khalsa pure anand sirmar daya sindh sri sat guru bas sada jeh thar vasi sab sri khalsa pure anand sirmar daya sindh sri sat guru bas sada jeh thar savaiya ਵਾਸੀ ਲਾਹੌਰ ਵਿਖੇ ਦਇਆ ਸਿੰਘ ਸੋਭਤੀ ਛਤਰ ਸੁਬੰਤ ਵਿਖੇ ਅਵਤਾਰੀ ਸਾਹਿਬ ਸਿੰਘ ਪੁਰੀ ਦਿਸ ਦਰਸ਼ਨ ਨੈਣ ਅਵਤਾਰ ਜਹ ਮਤ ਧਾਰੀ ਹਿੰਮਤ ਸਿੰਘ ਪੁਰੀ ਜਗਨਨਾਥ ਪੂਰਬ ਫੰਦਕ ਹੋ ਮਤ ਸਾਰੀ ਧੰਨਾ ਸੁਬੰਤ ਵਿਖੇ ਅਵਤਾਰ ਸ੍ਰੀ ਧਰਮ ਸਿੰਘ ਮਹਾ ਸੁਭਕਾਰੀ ਦੋਹਰਾ ਪੰਚਮ ਮੋਹਕਮ ਸਿੰਘ ਜੀ ਨਾਮ ਦੇਵੇ ਅਵਤਾਰ ਆਦ ਰੂਪ ਸ੍ਰੀ ਖਾਲਸਾ ਜਾਨਤ ਜਨਮ ਸੁਧਾਰ ਦੇਵਾ ਸਿੰਘ ਪੁਨ ਰਾਮ ਸਿੰਘ ਅਹਿਲ ਸਿੰਘ ਮਤ ਧੀਰ ਈਸ਼ਨ ਸਿੰਘ ਵਰ ਫਤਹਿ ਸਿੰਘ ਇਹ ਪੰਜੇ ਮੁਖ ਦੇ ਬਰਬੀਰ ਸਵਈਆ ਅਚੁੱਤ ਆਦ ਅਨੰਤ ਸੁਸੁੰਦਰ ਖੋਜਤ ਹੈ ਜਿਹ ਕੋ ਸੁਰ ਰਾਈ ਤਦ ਅਗਤ ਬਤਾਰਨ ਪੀਤਰ ਰਾਜਤ ਹੈ ਜਿਹ ਕੀ ਪ੍ਰਭਦਾਈ ਰਾਜਨ ਇੰਦ ਗਜਿੰਦ ਰਾਣਾ ਜਗ ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਭੂ ਸੁਖਦਾਈ ਤ੍ਰਿਮੁਖ ਦੇ ਗਜ ਬੋਲਤ ਹੈ ਮੋਹਿ ਅੰਮ੍ਰਿਤ ਦੇਵ ਸਭ ਮਿਲ ਭਾਈ ਸਵਈਆ ਨੀਚਨ ਜਾਗਨ ਕੇ ਹਮ ਬਾਰਕ ਤੋਹੇ ਕਰਣਾ ਕਰ ਕੈਸੇ ਨਿਵਾਜੇ ਕੰਚਨ ਪਏ ਮਨੁ ਰੋਹਤੇ ਜਮ ਆਦਿਕ ਕੇ ਸਭ ਹੀ ਡਰ ਭਾਜੇ ਪੂਜੇ ਪਾਏ ਸਭ ਹੀ ਜਗ ਮਹਿ ਕਰ ਲੈ ਆਯੁਗ ਬਸਾ ਮਤ ਗਾਜੇ ਸੋ ਪਦ ਪੰਕਜ ਕੇ ਬਲ ਦੇ ਜਨ ਜੰਤ ਪਏ ਖੰਡ ਭਾਰਤ ਰਾਜੇ ਸਿਧ ਸੁਰੇ ਸਿਧ ਨਿਸ ਨਿਸੇਸ ਵਿਸੇਸ ਖੋਜਤ ਹੈ ਜੇ ਕੋ ਅਜ ਤੋਰੀ ਸਿਧ ਮੁਨੀ ਮੁਨ ਨਾਰਦ ਸੇ ਜਾਚਤ ਹੈ ਬਰ ਲਾਗ ਤਰੋਰੀ ਕਿਨਰ ਜਾਚ ਪੁਜਾਗ ਧਰਾ ਧਰ ਸੇਵਤ ਹੈ ਜੇ ਕੋ ਨਿਸ ਭੋਰੀ ਸੋ ਗੁਰ ਪੂਰਨ ਅੰਮ੍ਰਿਤ ਮਾਗਤ ਖਾਲਸੇ ਅਗਰ ਖਰਿਓ ਕਰ ਜੋਰੀ ਖੀਰ ਸਮਾਨ ਸਦਾ ਗੁਰ ਪੂਰਨ ਕਾਲ ਰਤਨ ਭਰੇ ਜੇ ਮਾਹੀ ਅੰਮ੍ਰਿਤ ਦੇਣ ਸਤੀ ਤਦ ਕੋਟਕ ਗੁਣ ਗਣ ਗਣਤੀ ਕਿਛ ਨਾਹੀ ਸਿਰ ਪਦਾਰਥ ਚਾਰ ਬਦੇ ਜੇਹ ਕੀ ਬਦ ਕੀ ਰਜ ਸ਼ਾਹੀ ਸੋ ਗੁਰ ਪੂਰਨ ਅੰਮ੍ਰਿਤ ਮਾਗਤ ਸੋ ਤੱਕ ਸੰਤ ਲਖਿਓ ਮਨ ਮਾਹੀ ਕੁੰਡਲੀਆ ਛੰਦ ਅੰਤਰ ਜਾਮੀ ਮੋਰ ਪ੍ਰਭ ਸਭ ਵਿਦ ਜਾਨਣ ਹਾਰ ਬੰਧ ਉਪਾਵਨ ਕਾਰਣ ਕਰ ਮਹਿ ਦੀਆ ਅਵਤਾਰ ਕਰ ਮਹਿ ਦੀਆ ਅਵਤਾਰ ਦੀਨ ਪ੍ਰਭ ਦਿਆਲ ਸਵਾਮੀ ਜੀਵ ਕੀ ਜਾਨਣ ਹਾਰ ਸਗਲ ਘਟ ਅੰਤਰ ਜਾਮੀ ਦੀਨੇ ਸੰਗੀ ਨਾਲ ਜਿਨਾ ਰਲ ਭਗਤ ਕਮਾਈ ਪੰਜ ਪਿਆਰੇ ਸੰਗ ਨਾਮ ਕਹਿ ਤਿਨਾ ਸੁਨਾਈ ਪ੍ਰਿਥਮੈ ਗੁਰੂ ਗੋਬਿੰਦ ਸਿੰਘ ਤੁਹਾਡੀ ਜਿਹ ਜਾਮਾ ਪੜਨੇ ਲਿਆ ਅਵਤਾਰ ਬੋਰ ਅਨੰਦਪੁਰ ਧਾਮਾ ਦਇਆ ਸਿੰਘ ਸੋਭਤੀ ਛਤਰੀ ਪੁਰੀ ਲਉ ਜਨਮ ਲਿਆ ਜਿਸ ਹੈ ਸੀ ਲਵ ਅਵਤਾਰ ਰਾਮ ਪੁੱਤਰਿਓ ਹੈ ਜਿਸ ਮੋਹਕਮ ਸਿੰਘ ਛੀਪਾ ਦਵਾਰਪਤੀ ਜਿਹ ਧਾਮ ਨਾਮਦੇਵ ਜੀ ਉਤਰੇ ਸੰਤ ਸਵਾਰਨ ਕਾਮ ਸਾਹਿਬ ਸਿੰਘ ਸ਼ਹੀਦ ਬਿਦਰ ਦਿਸ ਜਨਮ ਪਛਾਣੋ ਹੈ ਸੀ ਨਾਈ ਸਿੱਖ ਸੈਣ ਕੇ ਲੱਛਣ ਜਾਣੋ ਧਰਮ ਸਿੰਘ ਹਠੀਲਾ ਜੱਟ ਬਖਾਨੀਆ ਹਰਨਾਪੁਰ ਕਾ ਜਨਮ ਸੁਤੰਨਾ ਜਾਨੀਆ ਹਿੰਮਤ ਸਿੰਘ ਨਿਹੰਗ ਸਿੰਘ ਜੀਵਰ ਫੰਦਕ ਜਾਨ ਇਨ ਪੰਚਨ ਕੋ ਦੈ ਕੈ ਫੁਨ ਇਰਦੇ ਵੀ ਉਸ ਜਾਨ ਦੋਹਰਾ ਸਿਰ ਗੁਮੀਏ ਮੀੜੀਏ ਮਸੰਦੀਏ ਜਾਨ ਰਾਮ ਰਾਈਏ ਧੀਰ ਮਲੀਏ ਇਨ ਸਿਉ ਮੇਲ ਨਾ ਮਾਨ ਜੋ ਜੋ ਗੁਰ ਕੇ ਮੰਤਰਹੀਣ ਮੋਹ ਮੁੰਨੇ ਧੀਆਂ ਮਾਰ ਇਨ ਸੰਗ ਮੇਲ ਨਾ ਕੀਜੇ ਇਹ ਆਖੀ ਕਰਤਾਰ ਗੁਰਸਿੱਖਾਂ ਕੀ ਟਹਿਲ ਕਮਾਵਨੀ ਗੁਰ ਮੰਤਰ ਰੱਖਣਾ ਚੀਤ ਬੰਧ ਘਾਤ ਕਰਨਾ ਨਹੀਂ ਇਹ ਸਿੰਘਣ ਕੀ ਰੀਤ ਜੋ ਜੋ ਗੁਰ ਕੇ ਮੰਤਰ ਕੋ ਰੱਖੋ ਹਿਰਦੈ ਧਾਰ ਜਿਸ ਕੋ ਬਾਹ ਪਕੜ ਕੇ ਰੱਖੋ ਆਪਣੇ ਦੁਆਰ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਤੋ ਮੈਂ ਕਹਿਆ ਸੁਣਾਏ ਇਹ ਮੂਲ ਮੰਤਰ ਜੋ ਪੜੈ ਸੁਣੈ ਸੋ ਨਾ ਹੀ ਜੰਪੁਰ ਜਾਏ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਤੋ ਮੈਂ ਕਹਿਆ ਸੁਣਾਏ ਇਹ ਮੂਲ ਮੰਤਰ ਜੋ ਪੜੈ ਸੁਣੈ ਸੋ ਨਾ ਹੀ ਜੰਪੁਰ ਜਾਏ।